ਜਿਹੜੀ ਖਹਿਰਾ ਸਾਹਿਬ ਨੇ ਜ਼ਿਕਰ ਕੀਤਾ ਸੀਗਾ ਜੀਵਨ ਜੋਤ ਬਾਰੇ, ਜੀਵਨ ਜੋਤ ਐਫ ਆਈ ਆਰ ਦੇ ਵਿੱਚ ਚਲਾਣ ਦੇ ਵਿੱਚ ਉਹਦਾ ਨਾਮ ਹੈ, ਫਿਰ ਵੀ ਉਹਦੀ ਕੋਈ ਗ੍ਰਿਫਤਾਰੀ ਨਹੀਂ ਹੈ, ਕੋਈ ਉਹਦੇ ਬਾਰੇ ਕੋਈ ਸਟੇਟ ਸਪੋਰਟ ਕਲੀਅਰ ਨਹੀਂ ਹੈ ਲੋਕਾਂ ਬਾਰੇ ਵੀ ਉਹ ਕੀ ਹੈ। ਨੰਬਰ ਦੋ 'ਤੇ ਮੀਤ ਹੇਅਰ ਜੀ ਇਸ ਗੱਲ ਦਾ ਵਿਧਾਨ ਸਭਾ ਦੇ ਵਿੱਚ ਵੀ ਜ਼ਿਕਰ ਕਰਦੇ ਆ ਵੀ ਦੋ ਮਰਡਰ ਦਾ ਅੰਕੜੇ ਆ ਪੰਜਾਬ ਦੇ, ਤਾਂ ਫਿਰ ਦੂਜੇ ਤਾਂ ਮਾੜੇ ਇਸ ਕਰਕੇ ਤੁਸੀਂ ਬਦਲਤੇ, ਅਕਾਲੀ ਕਾਂਗਰਸ 'ਚ ਵੀ ਦੋ ਕਤਲ ਹੁੰਦੇ ਸੀ, ਤੁਸੀਂ ਚੰਗੇ ਵੀ ਦੋ ਕਤਲ ਕਰਵਾ ਰਹੇ ਹੋ। ਦੂਜਿਆਂ ਨੂੰ ਮੈਂ ਇਹ ਪੁੱਛਣਾ ਚਾਹੁੰਦਾ ਵੀ ਜੇ ਉਹੀ ਦੋ ਕਤਲ ਤੁਹਾਡੇ ਪਰਿਵਾਰ 'ਚੋਂ ਕੋਈ ਮੈਂਬਰ ਹੁੰਦਾ, ਕੀ ਤੁਸੀਂ ਅੰਕੜਾ ਫਿਰ ਵੀ ਇਹੀ ਵਿਧਾਨ ਸਭਾ ਦੇ ਵਿੱਚ ਦਿੰਦੇ? ਔਰ ਸਿੱਧੂ ਮੂਸੇਵਾਲ ਦਾ ਜਿਹੜਾ ਕਤਲ ਹੈ ਉਹ ਇੰਟਰਨੈਸ਼ਨਲ ਸੈਲੀਬ੍ਰਿਟੀ ਸੀ, ਉਹ ਕੋਈ ਆਮ ਸਧਾਰਨ ਨਾਗਰਿਕ ਨਹੀਂ ਸੀ ਇੱਥੋਂ ਦਾ, ਉਹਨੂੰ ਵਿਸ਼ਵ ਭਰ ਦੇ ਵਿੱਚ, ਕੱਲ੍ਹ ਤੁਸੀਂ ਦੇਖਿਆ ਹੋਊਗਾ, ਕੱਲ੍ਹ ਮੇਰੇ ਕੋਲ ਬਰਮਿੰਘਮ ਤੋਂ ਇੱਕ ਟੂਰ ਆਇਆ ਜਿਹਦੇ ਵਿੱਚ ਲੋਕ ਕਾਲੇ ਲੋਕਾਂ ਦੀ ਜਿਹੜੀ ਕਮਿਊਨਿਟੀ ਹੈ ਉਹਨਾਂ ਨੇ ਵੀ ਕਿਹਾ ਵੀ ਸਾਡੀ ਕਮਿਊਨਿਟੀ ਦੇ ਵਿੱਚ ਸਿੱਧੂ ਦਾ ਬਹੁਤ ਸਤਿਕਾਰ ਹੈ, ਤੁਸੀਂ ਇੱਕ ਇੰਨਾ ਵੱਡਾ ਚਿਹਰਾ ਮਾਰਿਆ ਸੰਸਾਰ ਦਾ, ਅਤੇ ਅਸੀਂ ਭਟਕਦੇ ਫਿਰਦੇ ਹਾਂ ਕੇਸ ਚਲਾਉਣ ਵਾਸਤੇ। ਦੁੱਖ ਦਾ ਪ੍ਰਗਟਾਵਾ ਇਸ ਗੱਲ ਦੁਖੀ ਹੁੰਦਾ ਇਸ ਕਰਕੇ ਮੈਂ ਨਹੀਂ, ਮੈਂ ਘਰੇ ਬੈਠਾ ਸੀ, ਮੈਂ ਜਦੋਂ ਇਹ ਇਹਨਾਂ ਨੇ ਇਹ ਕਰਤੂਤਾਂ ਵੇਖੀਆਂ ਵੀ ਇਸ ਕਦਰ ਤੱਕ ਨਹੀਂ, ਇਕੱਲਾ ਜੀਵ ਮੀਤ ਹੇਅਰ ਨਹੀਂ, ਅਕਾਲੀ ਕੈਂਡੀਡੇਟ ਵੀ ਜਿਹਨਾਂ ਨੂੰ ਮੈਂ ਚਾਰ ਬੰਦੇ ਨੋਮੀਨੇਟ ਕਰਕੇ ਸਿੱਟ ਦੇ ਸਾਹਮਣੇ ਦੇ ਚੁੱਕੇ ਆ, ਉਹ ਵੀ ਆਪਣੇ ਅਕਾਲੀ ਦਲ ਦੇ ਕੰਪੇਨ ਕਰ ਰਹੇ ਨੇ ਅੱਗੇ, ਤਾਂ ਫਿਰ ਮੈਨੂੰ ਦੇਖੇ ਵੀ ਮੈਂ ਘਰੇ ਬੈਠਾ ਕਿਉਂ ਕਰਾਂ, ਮੈਂ ਵੀ ਕਿਸੇ ਧਰਨੇ ਨਾਲ ਕਿਉਂ ਨਾ ਜਾਵਾਂ। ਅੱਜ ਤੁਸੀਂ ਸਰਪਾਲ ਤੇ ਖਹਿਰਾ ਦੀ ਸਪੋਰਟ ਤੇ ਆਏ ਹੋ, ਸਿੱਧੇ ਤੌਰ ਤੇ ਸਿੱਧੂ ਮੂਸੇਵਾਲਾ ਦੇ ਫੈਨ ਜਿਹੜੇ ਹੈਗੇ ਨੇ ਸਾਰੇ ਹਲਕੇ 'ਚ, ਇੱਥੇ ਕਾਫੀ ਵੱਡੀ ਗਿਣਤੀ 'ਚ ਨੇ, ਉਹਨਾਂ ਨੂੰ ਸਿੱਧੇ ਤੌਰ ਤੇ ਕੀ ਪੈਗਾਮ ਦੇਣਾ ਚਾਹੋਗੇ ਲੋਕ ਸਭਾ ਚੋਣਾਂ ਦੇ? ਦੇਖੋ ਜੀ, ਉਹਨਾਂ ਨੂੰ ਮੈਂ ਪੈਗਾਮ ਦੇਵਾਂ ਚਾਹੇ ਨਾ ਦੇਵਾਂ, ਉਹਨਾਂ ਨੂੰ ਜਿਹੜੇ ਮੇਰੇ ਨਾਲ ਜੁੜੇ ਹੋਏ ਨੇ ਉਹ ਮੇਰੇ ਸ਼ਕਲ ਤੋਂ ਮੇਰੀ ਤੜਕੇ ਵੇਖ ਲੈਂਦੇ ਬਾਪੂ ਕਿਸੇ ਮੁਸੀਬਤ ਦੇ ਵਿੱਚ ਹੈ, ਉਹਨਾਂ ਨੂੰ ਕਹਿਣ ਦੀ ਲੋੜ ਨਹੀਂ ਪੈਂਦੀ ਮੈਂ ਕੀ ਚਾਹੁੰਦਾ, ਉਹਨਾਂ ਨੂੰ ਸਭ ਪਤਾ ਹੈ, ਡਰ ਤੱਕ ਭਰੇ ਹੋਏ ਹਾਂ ਅਸੀਂ ਸਾਰੇ, ਪਰੰਤੂ ਸਬਰ ਹੈ, ਸਾਡੀ ਕੋਈ ਪੇਸ਼ ਨਹੀਂ ਜਾ ਰਹੀ, ਜਿੰਨਾ ਧੱਕਾ ਸਾਡੇ ਨੇ ਇਹ ਗੌਰਮੈਂਟ ਨੇ ਕੀਤਾ, ਸਾਡੀ ਜਾਇਜ਼ ਗੱਲ ਵੀ ਨਹੀਂ ਸੁਣੀ ਗਈ। ਹੁਣ ਤੁਸੀਂ ਦੱਸੋ, ਸਵਾ ਸਾਲ ਹੋ ਗਿਆ ਲਾਉਂਚ ਦੀ ਵੀਡੀਓ ਨੂੰ, ਕੀ ਇਹਨਾਂ ਦੀ ਸਰਕਾਰ ਹੈ? ਬੰਦਾ ਤਾਂ ਉਹ ਕੈਨੇਡਾ ਵੀ ਚਲਾ ਗਿਆ ਜਿਹਨੇ ਵੀਡੀਓ ਬਣਾਈ ਹੈ, ਮੈਂ ਤਾਂ ਇੰਸਪੈਕਟਰ ਦਾ ਨਾਮ ਤੱਕ ਦੱਸ ਸਕਦਾ, ਮੈਨੂੰ ਇੱਕ ਸਧਾਰਨ ਵਿਅਕਤੀ ਨੂੰ ਸਾਰਾ ਕੁਛ ਪਤਾ, ਸਰਕਾਰ ਦੀ ਸਿੱਖ ਨੂੰ ਪਤਾ ਨਹੀਂ ਲੱਗਦਾ। ਬਠਿੰਡਾ ਜੇਲ੍ਹ ਦੇ ਵਿੱਚ ਸੁਖਦੇਵ ਸਿੰਘ ਰਾਜਪੂਤ ਨੂੰ ਮਾਰਨ ਦੀ ਯੋਜਨਾ ਬਣਾਈ ਜਾ ਰਹੀ ਹੈ, ਉਹ ਤਾਂ ਪੰਜਾਬ ਪੁਲਿਸ ਨੂੰ ਇੱਕ ਮਿੰਟ 'ਚ ਪਤਾ ਲੱਗ ਗਿਆ ਵੀ ਯੋਜਨਾ ਕਿਹੜੀ ਜਾ ਰਹੀ ਹੈ ਗੈਂਗਸਟਰ ਆਹ ਗੱਲ ਕਰਦੇ ਆ, ਮੇਰੇ ਪੁੱਤ ਦੀ ਯੋਜਨਾ ਦਾ ਕਿਸੇ ਨੂੰ ਪਤਾ ਨਹੀਂ ਲੱਗਿਆ। ਡੇਢ ਘੰਟਾ ਮੇਰੇ ਪੁੱਤ ਦਾ ਮਰਡਰ ਹੋਣ ਤੋਂ ਡੇਢ ਘੰਟਾ, 5:15 ਘਟਨਾ ਹੁੰਦੀ ਹੈ, 7:30 ਤੱਕ ਪੁਲਿਸ ਨਾਕਾ ਨਹੀਂ ਲੱਗਿਆ ਮਾਨਸਾ ਜ਼ਿਲ੍ਹੇ ਦੇ ਵਿੱਚ, ਡੇਢ ਘੰਟਾ ਖਿਆਲੀ ਦੇ ਬਾਰਡਰ ਬਾਕਸ ਦੇ ਉੱਤੇ ਗੱਡੀ ਰੋਕ ਕੇ ਬੈਠੇ ਰਹੇ ਨੇ ਆਰਾਮ ਨਾਲ, ਉਹਨਾਂ ਨੇ ਕਿਉਂਕਿ ਸ਼ੁਭਦੀਪ ਨੇ ਟੱਕਰਾਂ ਮਾਰੀਆਂ ਸੀ ਦੋਨੇ ਕਾਰਾਂ ਨੂੰ, ਉਹਨਾਂ ਦੀਆਂ ਤਾਕੀਆਂ ਬੰਨਣੀ ਹੁੰਦੀਆਂ ਸੀਗੀਆਂ, ਨਾ ਜਿਹੜੀ ਕਾਰ ਸੀ ਉਹਦੀਆਂ ਹੁੰਦੀਆਂ ਸੀ, ਨਾ ਬਲੈਰੋ ਦੀਆਂ ਹੁੰਦੀਆਂ ਸੀ, ਫਿਰ ਉਹਨਾਂ ਨੇ ਉਹ ਗੱਡੀ ਉੱਥੇ ਰੋਕੀ, ਹੋਰ ਇੱਕ ਆਲਟੋ ਖੋਹੀ, ਇੰਨਾ ਟਾਈਮ ਮੇਰਾ ਇੱਕ ਮਿੱਤਰ ਨੇ ਖਿਆਲੇ ਦੇ ਪੰਚਾਇਤ ਸੈਕਟਰੀ ਨੇ, ਉਹ ਆਏ ਉਹਨਾਂ ਕੋਲ ਮੋਟਰਸਾਈਕਲ ਲੈ ਕੇ, ਯਾਰ ਬੰਦੇ ਜਿਹੜੇ ਉਹਦੇ ਦੋਸ਼ੀ ਨੇ ਉੱਥੇ ਫਲਾਨੀ ਜਗ੍ਹਾ 'ਤੇ ਬੈਠੇ, ਫੜ ਲਓ ਖਿਆਲਾ ਚੌਂਕ ਦੇ ਵਿੱਚ ਜਿਹੜਾ ਉੱਥੇ ਪੁਲਿਸ ਰਹਿੰਦੀ ਹੈ ਉਹਨਾਂ ਨੂੰ ਜਦ ਦੱਸ ਕੇ ਆਏ, ਪਰੰਤੂ ਉਹ ਕਹਿੰਦੇ ਜੀ ਫੋਰਸ ਹੋਰ ਆ ਜਾ ਦਿੰਦੇ ਫੇਰ ਫੜਾਂਗੇ, ਕੋਈ ਬੰਦਾ ਗਿਆ ਨਹੀਂ। ਖਹਿਰਾ ਸਾਹਿਬ ਜਦੋਂ ਜਿੱਤਦੇ ਨੇ ਤਾਂ ਇਹਨਾਂ ਦੀ ਵੋਟ ਆਲ ਇੰਡੀਆ ਨੂੰ ਜਾਊਗੀ, ਅਤੇ ਆਲ ਇੰਡੀਆ ਦੇ ਵਿੱਚ ਗਠਜੰਬੰਧਨ ਬਣਨ ਵਿੱਚ ਆਮ ਆਦਮੀ ਪਾਰਟੀ ਵੀ ਸ਼ਾਮਲ ਹੈ? ਦੇਖੋ ਜੀ, ਮੇਰੇ ਕੋਲ ਆਮ ਆਦਮੀ ਨਾਲ ਮੇਰਾ ਕੋਈ ਵੱਟਦਾ ਰੌਲਾ ਨਹੀਂ ਕਿਸੇ ਗੱਲ ਦਾ, ਜੇ ਉਹ ਕਿਸੇ ਗੱਲ ਨਾਲ ਸਾਡੇ ਨਾਲ ਮਿਲ ਕੇ ਆ ਮੇਰੀ ਜਸਟਿਸ ਦੀ ਗੱਲ ਹੀ ਢੰਗ ਨਾਲ ਕਰ ਦੇਣ, ਮੇਰੀ ਕੇਸ ਹੀ ਸਹੀ ਢੰਗ ਨਾਲ ਚਲਵਾ ਦੇਣ, ਫਾਸਟ ਟਰੈਕ ਕੋਰਟ 'ਤੇ ਚਲਾ ਦੇਣ, ਮੇਰਾ ਕੀ ਤਰਾਜ ਆਮ ਪਾਰਟੀ ਨਾਲ? ਮੈਂ ਤਾਂ ਕਪੀੜ 'ਤੇ ਬੈਠਦਾ, ਮੈਨੂੰ ਤਾਂ ਰੋਲਿਆ ਜਾ ਰਿਹਾ, ਜਦੋਂ ਗੱਲ ਨਹੀਂ ਸੁਣਦੇ ਤਾਂ ਹਾਰ ਕੇ ਵੀ ਮੈਂ ਤਾਂ ਕੰਮ ਕਰਨਾ ਹੀ ਆਪਣਾ। ਜਿਵੇਂ ਖਹਿਰਾ ਸਾਹਿਬ ਅੱਜ ਤੁਸੀਂ ਇਹਨਾਂ ਦੇ ਹੱਕ 'ਚ ਆਏ ਹੋ, ਅਤੇ ਵੱਖ ਵੱਖ ਪਾਰਟੀਆਂ ਵੀ ਸਿੱਧੂ ਮੂਸੇਵਾਲੇ ਦਾ ਨਾਂ ਲੈ ਕੇ ਪ੍ਰਚਾਰ ਕਰ ਰਹੇ ਨੇ, ਸਾਫ ਦੇ ਮੁੱਦੇ ਲੈ ਕੇ, ਆਪਾਂ ਅਡਾਪੀ ਦਾ ਬੱਚ ਕਾਪੀਰਾਈਟ ਕਹਿੰਦੇ, ਇਸ ਚੀਜ਼ ਨੂੰ ਕਿਵੇਂ ਕਹਾਂਗੇ? ਦੇਖੋ ਜੀ, ਮੈਂ ਸ਼ੁਰੂ ਤੋਂ 75 ਤੋਂ ਮੈਨੂੰ ਸੁਰਤਾ ਵੋਟ ਪਾਉਣ ਲੱਗਿਆ ਸੀ ਬਚਪਨ ਤੋਂ, ਮੈਂ ਉਹਦਾ ਕਾਂਗਰਸ ਪਾਰਟੀ ਨਾਲ, ਮੇਰੇ ਬੇਟੇ ਨੇ ਇਲੈਕਸ਼ਨ ਲੜੀ ਕਾਂਗਰਸ ਪਾਰਟੀ ਨਾਲ ਲੜੀ,
ਤਾਂ ਮੈਂ ਕੋਈ ਲੁਕਾਉਣਾ ਨਹੀਂ ਚਾਹੁੰਦਾ, ਕੋਈ ਮੈਂ ਡਬਲ ਮਾਈਂਡ ਨਹੀਂ ਹਾਂ, ਕੋਈ ਮੈਂ ਭੁਲੇਖੇ 'ਚ ਨਹੀਂ ਕਿਸੇ ਨੂੰ ਰੱਖਣਾ ਚਾਹੁੰਦਾ। ਮੈਂ ਸ਼ੁਰੂ ਤੋਂ ਇਹ ਗੱਲ ਕਹਿੰਦਾ ਮੈਂ ਇੱਕ ਕਾਂਗਰਸੀ ਹਾਂ ਔਰ ਕਾਂਗਰਸ ਵਿੱਚ ਮੈਂ ਚੱਲ ਰਹੀ। ਜਿਹੜੇ ਬੰਦੇ ਨੂੰ ਤੁਸੀਂ ਸਿਕਿਉਰਿਟੀ ਨਹੀਂ ਕਰਨ ਦਾ ਮੁੱਖ ਜ਼ਿੰਮੇਵਾਰ ਮੰਨਦੇ ਹੋ, ਮੀਡੀਆ ਡਾਇਰੈਕਟਰ ਹੈਗੇ ਨੇ, ਹੋਣਾ ਚਾਹੀਦਾ ਉਹਦੇ ਤੇ, ਉਹ ਬਰਨਾਲੇ ਦੇ ਵਿੱਚ ਮੀਡੀਆ ਦੀ ਕਮਾਂਡ ਸੰਭਾਲੀ ਬੈਠੇ ਨੇ, ਅੱਜ ਵੀ ਬਰਨਾਲੇ ਵਿੱਚ ਨੇ, ਕੀ ਕਹਿਣਾ ਚਾਹੋਗੇ? ਮੈਂ ਤਾਂ ਸੀਐਮ ਸਾਹਿਬ ਨੂੰ ਮਿਲ ਕੇ ਇੱਕ ਘੰਟਾ ਉਹਨਾਂ ਦੇ ਘਰੇ ਜਾ ਕੇ ਰੋ ਰੋ ਕੇ ਆਪਣੀ ਵਿੱਥਿਆ ਸੁਣਾ ਕੇ ਆਇਆ ਵੀ ਇਹ ਤਿੰਨ ਬੰਦੇ ਮੈਡਮ ਯੂਸ਼ੀ ਹੈ, ਬਲਤੇਜ ਪੰਨੂ ਹੈ, ਇੱਕ ਬਧਵਾ ਸਰ ਨੇ, ਇਹਨਾਂ ਦੀ ਚੈਟ ਮੈਂ ਸਿੱਖ ਦੇ ਕੋਲ ਦਿੱਤੀ ਹੈ, ਜਿਹਨਾਂ ਨੇ ਕਿਹਾ ਵੀ ਤੁਸੀਂ ਚੈਟ ਨੂੰ ਵਾਇਰਲ ਕਰ ਦਿਓ। ਮੈਂ ਸੀਐਮ ਸਾਹਿਬ ਨਾਲ ਆਪੇ ਗੱਲ ਕਰ ਲੂੰਗਾ, ਮੈਂ ਸਾਰੀ ਚੈਟ ਵੀ ਦਿੱਤੀ ਹੋਈ ਹੈ ਸਿੱਖ ਕਰਕੇ। ਬਲਤੇਜ ਪੰਨੂ ਦਾ ਰੋਲ ਬਿਲਕੁਲ ਮਿਲੀ ਭੁਗਤ ਦੇ ਨਾਲ ਇਹਨਾਂ ਨੇ ਜਿਹੜੀ ਹੈ ਉਹਦੀ ਸਿਕਿਉਰਿਟੀ ਦੇ ਆਰਡਰ ਜਿਹੜੇ ਉਹ ਪਬਲਿਕ ਕੀਤੇ ਨੇ, ਸੋਸ਼ਲ ਮੀਡੀਆ 'ਤੇ ਵਾਇਰਲ ਕੀਤੇ ਨੇ। ਉਸ ਤੋਂ ਬਾਅਦ ਸਾਡੀ 24 ਘੰਟਿਆਂ ਦੇ ਵਿੱਚ ਬੱਚੇ ਦੀ ਮੌਤ ਹੋਈ ਹੈ, ਨਹੀਂ ਤਾਂ ਉਸ ਤੋਂ 12 ਦਿਨ ਪਹਿਲਾਂ ਸਾਡੇ ਕੋਲ ਇੱਕ ਵੀ ਗਨਮੈਨ ਹੈ ਨਹੀਂ ਸੀ, ਸਾਨੂੰ ਕਿਸੇ ਨੇ ਮਾਰਿਆ ਨਹੀਂ, ਸਾਡੇ ਕੋਲ ਇੱਕ ਵੀ ਦੋ ਗਨਮੈਨ ਆਏ ਨੇ ਸਿਰਫ ਉਹਦੀ ਮੌਤ ਤੋਂ 2 ਦਿਨ ਪਹਿਲਾਂ, ਉਹ ਤੋਂ ਪਹਿਲਾਂ ਸਾਡੇ ਕੋਲ ਕੋਈ ਗਨਮੈਨ ਸੀ, ਇਲੈਕਸ਼ਨ ਤੋਂ ਬਾਅਦ ਸਾਰੀ ਸਿਕਿਉਰਿਟੀ ਵਿਡਰਾ ਕਰਤੀ ਸੀ, ਪਰੰਤੂ ਸਾਨੂੰ ਮਾਰਿਆ ਨਹੀਂ ਕਿਸੇ ਨੇ, ਅਸੀਂ ਆਮ ਵਾਂਗੂ ਜ਼ਿੰਦਗੀ ਜਿਉਂ ਰਹੇ ਸੀ। ਸਾਨੂੰ ਮਾਰਿਆ ਗਿਆ ਬਿਲਕੁਲ ਤਿਆਰੀ ਦੇ ਨਾਲ, ਇਹਦੇ ਵਿੱਚ ਇਹਨਾਂ ਦਾ 100% ਰੋਲ ਨਿਕਲੂਗਾ, ਪਰਮਾਤਮਾ ਕਰੇ ਬਦਲੇ 4 ਜੂਨ ਤੁਹਾਨੂੰ ਕਲੀਅਰ ਕੱਟ ਸਾਹਮਣੇ ਲਿਆ ਕੇ ਦਿਖਾਵਾਂਗੇ ਸਰ।